ਨਾਭਾ ਦੇ ਪਟਿਆਲਾ ਗੇਟ ਵਿਖੇ ਟਰੱਕ ਵਿੱਚੋਂ ਟਰੱਕ ਡਰਾਈਵਰ ਦੀ ਲਾਸ਼ ਮਿਲੀ ਜਿਸ ਨਾਲ ਸਨਸਨੀ ਫੈਲ ਗਈ। ਟਰੱਕ ਡਰਾਈਵਰ ਗੁਰਪ੍ਰੀਤ ਸਿੰਘ ਦੇ ਪਿਤਾ ਅਤੇ ਰਿਸ਼ਤੇਦਾਰ ਮੁਤਾਬਕ ਉਹ ਪਿਛਲੇ 3 ਦਿਨਾਂ ਤੋਂ ਸਰਹੰਦ ਤੋਂ ਲਾਪਤਾ ਸੀ। ਉਸ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਗੁਰਪ੍ਰੀਤ ਦਾ ਕਤਲ ਕੀਤਾ ਗਿਆ ਹੈ। ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਮੰਗਦਾ ਜਵਾਬ 10ਵਾਂ ਸ਼ਗਨ ਸਕੀਮ 51,000 ਰੁਪਏ ਮੇਰਾ ਨੁਕਤਾ ਸ਼ਗਨ ਸਕੀਮ 51,000 ਕੀ ਮਿਲੇ ਸ਼ਗਨ ਸਕੀਮ ਚ 51,000 ਰੁਪਏ ਪੰਜਾਬ ਮੰਗਦਾ ਜਵਾਬ ਗੁਰਪ੍ਰੀਤ ਹੈ ਇਹਦਾ ਨਾਮ ਜੀ ਅਸੀਂ ਜੀ ਉੱਥੋਂ ਹੋਸਟਲ ਤੋਂ ਚੱਲੇ ਹਾਂ ਜੀ ਮੈਂ ਇਹਦੇ ਮਗਰ ਸੀਗਾ ਜੀ ਮੈਨੂੰ ਇਹਨਾਂ ਨੇ ਟਾਕੀ ਦੇ ਬੰਦੇ ਨੇ ਕਿਸੇ ਨੇ ਹੱਥ ਮਾਰਿਆ ਮੈਂ ਉੱਠ ਖੜਿਆ ਜੀ ਹੋਟਲ ਦੇ ਨਿਰਮਲ ਢਾਬੇ ਤੇ ਖੜੇ ਸੀਗੇ ਜੀ ਉੱਥੇ ਸਰਹੰਦ ਜੀ ਉੱਥੋਂ ਜਾ ਖੜੇ ਸੀਗੇ ਜੀ ਅਸੀਂ ਇਹਨੇ ਗੱਡੀ ਮੂਹਰੇ ਤੋਰ ਲਈ ਜੀ ਮੈਂ ਇਹ ਤੋਂ ਪਿੱਛੇ ਸੀਗਾ ਮੈਂ ਲੈਟਰ ਜਾ ਕੇ ਆ ਕੇ ਜੀ ਅਤੇ ਮੈਂ ਜ਼ਿਆਦਾ ਕੱਪ ਲੈ ਕੇ ਤੁਰ ਪਿਆ ਜੀ ਇਹ ਮੇਰੇ ਮੂਹਰੇ ਮੂਹਰੇ ਜਾ ਰਿਹਾ ਜੀ ਮੈਂ ਇਹਦੇ ਮਗਰ ਮਗਰ ਆਇਆ ਇਹਨੂੰ ਮੈਂ ਪਾਸ ਕਰਦਾ ਨਹਿਰ ਦੇ ਉੱਤੇ ਆ ਕੇ ਗੱਡੀਆਂ ਦੋਵੇਂ ਬਰਾਬਰ ਹੋ ਕੇ ਮੇਰੀ ਗੱਡੀ ਨੇ ਸਪੀਡ ਪਾੜ ਲਈ ਮੈਂ ਗਾਹਾਂ ਲੰਘ ਲਿਆ ਜੀ ਗਾਹਾਂ ਲੰਘ ਕੇ ਮੇਰੀ ਸਾਡੀ ਕੰਪਨੀ ਸੀਗੀ ਜੀ ਉੱਥੇ ਮੈਂ ਜਾ ਕੇ ਉਹਦੇ 'ਚ ਵੜ ਗਿਆ ਖੜ ਗਿਆ ਕੰਪਨੀ ਕੋਲ ਇਹ ਪਿੱਛੇ ਮੇਰੇ ਤੋਂ ਰਹਿ ਗਿਆ ਜੀ ਉਸ ਤੋਂ ਬਾਅਦ ਫਿਰ ਪਤਾ ਨਹੀਂ ਕੀ ਹੋਇਆ ਕੀ ਨਹੀਂ ਜੀ ਇਹਦੇ ਨਾਲ ਟਾਈਮ ਹੋ ਗਿਆ ਜੀ ਕਿੰਨੇ ਦਿਨ ਹੋ ਗਏ 3 ਦਿਨ ਹੋ ਗਏ ਅਜੇ 3 ਦਿਨ ਹੋ ਗਏ ਜੀ ਤੀਜਾ ਦਿਨ ਫਿਰ ਰਿਪੋਰਟ ਵੀ ਲਿਖਾਈ ਫਿਰ ਕਮਿਸ਼ਨ ਕਿਤੇ ਉੱਥੇ ਸਾਡੇ ਮਾਲਕਾਂ ਜਦੇ ਸਾਡੇ ਫੋਨ ਆਇਆ ਜੀ ਫਿਰ ਜਦ ਆਇਆ ਜੀ ਉਹਨਾਂ ਨੇ ਲਿਖਾਈ ਹੈ ਜੀ ਸਰਹੰਦ ਉੱਥੇ ਗੋਬਿੰਦਗੜ੍ਹ ਸਾਹਿਬ ਅੱਜ ਕਿਵੇਂ ਪਤਾ ਲੱਗਾ ਜੀ ਫਿਰ ਹਾਂ ਜੀ ਅੱਜ ਸਾਨੂੰ ਫੋਨ ਗਿਆ ਜੀ ਉੱਥੇ ਤਾਂ ਫੋਨ ਆਨ ਹੋਇਆ ਜੀ ਉਹਨੇ ਉੱਥੇ ਹੋਇਆ ਜੀ ਤਾਂ ਫਿਰ ਸਾਨੂੰ ਪਤਾ ਲੱਗਿਆ ਹਾਂ ਜੀ ਇਹ ਟਰੱਕ ਕੀ ਦਾ ਗਾ ਇਹ ਸੁਖਦੇਵ ਸਿੰਘ ਦਾ ਜੀ ਉਹਦੇ ਬੱਚੇ ਬੇਟੇ ਦਾ ਜੀ ਕੌਣ ਜੀ ਸਕਰੈਪ ਭਰਿਆ ਜੀ ਗਾਜ਼ੀਆਬਾਦ ਤੋਂ ਆਏ ਹਾਂ ਜੀ ਅਸੀਂ ਮੰਡੀ ਗੋਬਿੰਦਗੜ੍ਹ ਦੀ ਸਕਰੈਪ ਹੈ ਜੀ ਇਹ ਮਾਰਿਆ ਹੋਇਆ ਜੀ ਕਿਸੇ ਪਤਾ ਨਹੀਂ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਜੀ ਨਾ ਸਾਨੂੰ ਪਤਾ ਨਾ ਮੈਨੂੰ ਹਾਂਜੀ ਜਿਹੜੇ ਆਹ ਟਰੱਕ ਹੈ ਤੁਹਾਡੇ ਸਾਹਮਣੇ ਖੜਾ ਇਹ ਇਹਦਾ ਨਾਂ ਜਿਹੜਾ ਡਰਾਈਵਰ ਦਾ ਨਾਂ ਗੁਰਪ੍ਰੀਤ ਸਿੰਘ ਹੋਰ ਮਿੱਠਾ ਸੀਗਾ ਇੱਕ ਇਹਦਾ ਫਾਦਰ ਸੀ ਕਰਨੈਲ ਸਿੰਘ ਇਹ ਦੋਨੇ ਵੱਖ ਵੱਖ ਗੱਡੀਆਂ ਤੋਂ ਗਾਜ਼ੀਆਬਾਦ ਤੋਂ 11 ਤਰੀਕ ਨੂੰ ਚੱਲੇ ਸੀਗੇ ਇੱਕ ਨੇ ਇਹਦੇ ਫਾਦਰ ਦੇ ਜਿਹੜੀ ਗੱਡੀ ਸਕਰੈਪ ਦੀ ਲੋਡ ਕਰਕੇ ਲਿਜਾਣੀ ਸੀ ਲੁਧਿਆਣੇ ਕੁਹਾੜੇ ਅਤੇ ਜਿਹੜਾ ਆਹ ਮਿੱਠਾ ਸਿੰਘ ਨੇ ਗੁਰਪ੍ਰੀਤ ਸਿੰਘ ਇਹਦੇ ਮਿੱਠੇ ਨੇ ਇਹਨੇ ਲੈ ਕੇ ਜਾਣੀ ਸੀ ਗੋਬਿੰਦਗੜ੍ਹ ਪਰੰਤੂ ਇਹ 13 ਤਰੀਕ ਨੂੰ ਨਿਰਮਲ ਢਾਬੇ ਦੇ ਉੱਤੇ ਉੱਥੇ ਸਰਹੰਦ ਪਹੁੰਚ ਗਏ ਸੀ ਦੋਨੇ ਗੱਡੀਆਂ ਇਕੱਠੀਆਂ ਉਸ ਤੋਂ ਬਾਅਦ ਜਿਹੜਾ ਇਹਦਾ ਫਾਦਰ ਹੈ ਉਹ ਆਪਣੀ ਗੱਡੀ ਲੈ ਕੇ ਚਲਾ ਗਿਆ ਲੁਧਿਆਣਾ ਸਾਈਡ ਨੂੰ ਇਹ ਉੱਥੋਂ ਪਤਾ ਨਹੀਂ ਕਿਸ ਤਰੀਕੇ ਨਾਲ ਜਿਹੜਾ ਗੱਡੀ ਲੈ ਕੇ ਇੱਥੇ ਪਹੁੰਚ ਗਿਆ ਇਹ ਡੂਰੀ ਇਨਵੈਸਟੀਗੇਸ਼ਨ ਹੀ ਪਤਾ ਲੱਗੂਗਾ ਹੁਣ ਜਿਹੜੀ ਇਤਲਾਹ ਮਿਲੀ ਸੀ ਉਹਦੇ ਰਿਗਾਰਡਿੰਗ ਜਿਹੜੀ ਟਰੱਕ ਦੀ ਜਿਹੜੇ ਕੈਬਨ ਦੇ ਵਿੱਚੋਂ ਡੈੱਡ ਬੋਡੀ ਪਈ ਹੈ ਮਿੱਠਾ ਸਿੰਘ ਦੀ ਗੁਰਪ੍ਰੀਤ ਸਿੰਘ ਏਲੀਅਸ ਮਿੱਠਾ ਅਤੇ ਕਰੀਬ 35 ਸਾਲ ਦਾ ਅਨਮੈਰਿਡ ਹੈ ਅਤੇ ਇਹਦਾ ਡੂਰੀਨ ਇਹਦੇ ਪੋਸਟਮਾਰਟਮ ਕਰਾਵਾਂਗੇ ਪੋਸਟਮਾਰਟਮ ਤੋਂ ਬਾਅਦ ਜਿਹੜੇ ਵੀ ਤੱਥ ਸਾਹਮਣੇ ਆਉਣਗੇ ਉਸ ਹਿਸਾਬ ਦੇ ਬੰਦੀ ਕਾਰਵਾਈ ਕੀਤੀ ਜਾਵੇਗੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ ਅਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ ਤੁਹਾਡੀ ਆਪਣੀ ਆਵਾਜ਼ ਪੰਜਾਬ ਦੀ ਆਵਾਜ਼ ਅਜੀਤ।